ਅੱਜ ਮੈਂ ਤੁਹਾਨੂੰ ਪਰਥ ਨਾਈਟ ਦੀ ਸੈਰ ਕਰਵਾਉਂਦੀ ਹਾਂ। ਬਹੁਤ ਹੀ ਖੂਬਸੂਰਤ ਹੈ ਜਗ੍ਹਾ ਪਰਥ, ਸਮੁੰਦਰ ਦੇ ਕੰਢੇ ਦੇ ਰਾਤ ਨੂੰ ਸਿਟੀ ਇਸ ਤਰੀਕੇ ਨਾਲ ਲੱਗਦੀ ਹੋਈ ਹੈ ਅਤੇ ਬਹੁਤ ਹੀ ਪਿਆਰੀ ਹੈ। ਅਤੇ ਰਾਤ ਨੂੰ ਅਸੀਂ ਆਏ ਸੀ ਕਿ ਦੇਖਣ ਕਿ ਬਹੁਤ ਜ਼ਿਆਦਾ ਲਾਈਟਾਂ ਦਾ ਇੱਕ ਸ਼ੋਅ ਵੀ ਇੱਥੇ ਲੱਗਿਆ ਹੋਇਆ ਸੀ ਇਹਦੇ ਨਾਲ ਹੀ ਪਾਰਕ ਹੈ, ਤਾਂ ਉੱਪਰੋਂ ਬ੍ਰਿਜ ਤੋਂ ਇਸ ਤਰੀਕੇ ਦਾ ਨਜ਼ਾਰਾ ਹੈ। ਅਤੇ ਮੇਰੇ ਨਾਲ ਮੇਰਾ ਬੇਟਾ, ਮੇਰੀ ਡਾਟਰ ਇਨ ਲਾਅ ਆਏ ਹੋਏ ਸੀ, ਅਸੀਂ ਤਿੰਨੋਂ ਜਣੇ ਘੁੰਮਣ ਆਇਆ। ਤਾਂ ਬਹੁਤ ਹੀ ਜ਼ਿਆਦਾ ਬਿਊਟੀਫੁਲ ਇਹ ਜਗ੍ਹਾ ਹੈ। ਇਹਦੇ ਵਿੱਚ ਰਾਤ ਨੂੰ ਨਹੀਂ, ਦਿਨੇ ਫੈਰੀਆਂ ਚੱਲਦੀਆਂ, ਜਿਹੜਾ ਪਿੱਛੇ ਸਮੁੰਦਰ ਤੁਸੀਂ ਦੇਖ ਰਹੇ ਹੋ, ਅਤੇ ਜਗਮਗਾ ਰਿਹਾ ਪੂਰੀ ਦੀ ਪੂਰੀ ਸਿਟੀ, ਪਰਥ ਦੀ ਸਿਟੀ। ਅਤੇ ਅਜੇ ਜ਼ਿਆਦਾ ਰਸ਼ ਨਹੀਂ ਇੱਥੇ ਹੈਗਾ, ਬਹੁਤ ਹੀ ਖੂਬਸੂਰਤ ਹੈ। ਅਤੇ ਇੱਥੇ ਆਪਾਂ ਪਾਰਕ ਦੇ ਵਿੱਚ ਜਾ ਰਹੇ ਹਾਂ ਜਿੱਥੇ ਲਾਈਟਾਂ ਹੈ, ਲਾਈਟਾਂ ਦੇ ਵੀ ਬਹੁਤ ਹੀ ਕਮਾਲ ਕੀਤੇ ਪਏ ਨੇ, ਅਲੱਗ ਅਲੱਗ ਕ੍ਰੀਏਟਿਵਿਟੀ ਹੈ ਇੱਥੇ। ਪੂਰੇ ਦਰੱਖਤਾਂ ਦੇ ਵਿੱਚ ਕੋਈ ਐਵੇਂ ਦਾ ਪਾਰਟ ਨਹੀਂ ਜਿਹਦੇ ਵਿੱਚ ਇਹਨਾਂ ਨੇ ਕ੍ਰੀਏਟਿਵਿਟੀ ਨਾ ਕੀਤੀ ਹੋਵੇ। ਆਪਣਾ ਇੰਡੀਆ 'ਚ ਤਾਂ ਐਵੇਂ ਦਾ ਮੈਨੂੰ ਤਾਂ ਦੇਖਣ 'ਚ ਨਹੀਂ ਅੱਜ ਤੱਕ ਮੈਂ ਦੇਖਿਆ, ਜੇ ਤੁਸੀਂ ਦੇਖਿਆ ਹੋਇਆ ਤਾਂ ਪਤਾ ਨਹੀਂ ਮੈਨੂੰ, ਮੈਨੂੰ ਕਮੈਂਟ ਕਰਕੇ ਦੱਸਿਆ ਜੇ। ਅਤੇ ਦੇਖੋ ਕਿੰਨੇ ਵਧੀਆ ਟ੍ਰੀਜ਼ ਦੇ ਉੱਤੇ ਵੀ ਇਹਨਾਂ ਨੇ ਲਾਈਟਿੰਗ ਕੀਤੀ ਹੋਈ ਹੈ, ਅਤੇ ਇਹਦੇ ਚਾਰੋਂ ਔਰ ਜਿਵੇਂ ਜਿਵੇਂ ਇੱਕ ਸਾਈਡ ਤੋਂ ਜਾਈਦਾ ਹੈ ਅਤੇ ਦੂਸਰੀ ਸਾਈਡ ਤੋਂ ਨਿਕਲੀਦਾ, ਅਤੇ ਪੂਰੀ ਦੀ ਪੂਰੀ ਇਹਨਾਂ ਨੇ ਹਰ ਤਰੀਕ ਦੀ ਤਰੀਕੇ ਨਾਲ ਇਹਨਾਂ ਨੇ ਡੈਕੋਰੇਸ਼ਨ ਕੀਤੀ ਹੋਈ। ਇਹ ਬ੍ਰਿਜ ਦੇ ਵਿੱਚੋਂ ਜਾ ਰਹੇ ਹਾਂ ਅਤੇ ਕਾਫੀ ਜ਼ਿਆਦਾ ਰਸ਼ ਸੀ ਅੱਜ, ਅਤੇ ਅੱਜ ਲਾਸਟ ਡੇ ਸੀ ਇੱਥੋਂ ਦੀਆਂ ਜਿਹੜੀਆਂ ਲਾਈਟਿੰਗ ਦਾ ਜਿਹੜਾ ਇਹ ਸ਼ੋਅ ਚੱਲ ਰਿਹਾ ਸੀ। ਅਤੇ ਉੱਪਰ ਵੀ ਦੇਖ ਕਿੰਨੀਆਂ ਬੜੀਆਂ ਰੰਗ ਬਿਰੰਗੀਆਂ ਲਾਈਟਾਂ ਨਿਕਲਦੀਆਂ ਨੇ, ਅਤੇ ਵੀਡੀਓ ਕਾਫੀ ਲੰਬੀ ਹੋ ਗਈ ਅਤੇ ਪਰ ਇੰਨੇ ਖੂਬਸੂਰਤ ਨਜ਼ਾਰੇ ਸੀ ਕਿ ਮੇਰੇ ਕੋਲ ਕੰਟਰੋਲ ਨਹੀਂ ਸੀ ਹੋ ਰਿਹਾ। ਅਤੇ ਹਰ ਇੱਕ ਪਾਰਟ ਨੂੰ ਉਹਨਾਂ ਨੇ ਐਕਸਪਲੇਨ ਕੀਤਾ ਸੀ। ਦੇਖੋ ਪੱਤੇ ਕਿੰਨੇ ਸੋਹਣੇ ਲੱਗ ਰਹੇ ਨੇ, ਥੱਲੇ ਲਾਈਟਾਂ ਤੋਂ ਅਲੱਗ ਅਲੱਗ ਇਫੈਕਟ ਹੈ, ਬਹੁਤ ਹੀ ਖੂਬਸੂਰਤ ਹੈ। ਜਿਵੇਂ ਜਿਵੇਂ ਆਪਾਂ ਗਾਂਹ ਵੱਧਦੇ ਜਾ ਰਹੇ ਹਾਂ, ਹਰ ਇੱਕ ਲਾਈਟ ਦਾ ਡਿਫਰੈਂਟ ਹੀ ਇੱਕ ਨਵੇਂ ਤਰੀਕੇ ਦੀ ਲਾਈਟ ਹੈ। ਅਤੇ ਇੱਥੇ ਪੂਰੀਆਂ ਮਿਸ਼ਾਲਾਂ ਚੱਲ ਰਹੀਆਂ ਨੇ, ਮਿਸ਼ਾਲ ਚੱਲ ਰਹੀਆਂ ਇੱਥੇ ਪੂਰੀ ਅਤੇ ਪੂਰੇ। ਅਤੇ ਐਵੇਂ ਦੇਖ ਜਿੱਥੇ ਆਪਾਂ ਚੱਲ ਰਹੇ ਹਾਂ ਉੱਥੇ ਵੀ ਇਹਨਾਂ ਨੇ ਲਾਈਟਾਂ ਦੇ ਉੱਪਰੋਂ ਫੋਕਸ ਕਰਕੇ ਕੀਤਾ ਹੈ, ਇਹ ਵੀ ਬਹੁਤ ਹੀ ਸੋਹਣਾ ਸੁੰਦਰ ਹੈ। ਅਤੇ ਉੱਪਰੋਂ ਦੇਖੋ ਕਿੰਨਾ ਸੋਹਣੀਆਂ ਲਾਈਟਾਂ ਦੇ ਇਹਨਾਂ ਨੇ ਲਗਾਏ ਹੋਏ ਨੇ, ਝੂਮਰ ਬਣਾਏ ਹੋਏ ਨੇ, ਉਹ ਸਾਹਮਣੇ ਸਿਟੀ ਦਿਖ ਰਹੀ ਹੈ ਸਿਟੀ ਦੇ, ਅਤੇ ਕਿਵੇਂ ਪ੍ਰੋਪਰ ਸਿਟੀ ਦੇ ਓਪੋਜ਼ਿਟ ਸਾਈਡ ਹੈ। ਅਤੇ ਬਹੁਤ ਹੀ ਸੋਹਣੀ ਇੱਕ ਪਹਾੜੀ ਹੈ, ਪਹਾੜੀ ਦੇ ਉੱਤੇ ਆ, ਅਤੇ ਦੇਖੋ ਇੱਥੋਂ ਸਿਟੀ ਇਸ ਤਰੀਕੇ ਨਾਲ ਦਿਖਦੀ ਹੈ। ਇੱਥੋਂ ਜਦੋਂ ਹੀ ਸਿਟੀ ਘੁੰਮਦੀ ਹੈ ਅਤੇ ਨਾਲ ਹੀ ਇਹ ਪਾਰਕ ਸ਼ੁਰੂ ਹੋ ਜਾਂਦੀ ਹੈ ਉੱਪ ਇਹਦੇ ਤੋਂ ਉੱਚੇ ਵਾਲੀ ਜਗ੍ਹਾ 'ਤੇ ਆ। ਅਤੇ ਇੱਥੋਂ ਪੂਰੀਆਂ ਮਸ਼ਾਲ ਚੱਲ ਰਹੀਆਂ ਨੇ ਅਤੇ ਬਹੁਤ ਹੀ ਖੂਬਸੂਰਤ, ਇੱਥੇ ਬਹੁਤ ਸਾਰੇ ਆਪਣੀਆਂ ਆਪਣੀਆਂ ਫੋਟੋਆਂ ਲੈ ਰਹੇ ਨੇ, ਵੀਡੀਓ ਲੈ ਰਹੇ ਨੇ, ਸਾਰੇ ਆਪੋ ਆਪਣੀ ਮਸਤੀ 'ਚ, ਕੋਈ ਕਿਸੇ ਨੂੰ ਕੁਛ ਨਹੀਂ ਲੈਣਾ ਦੇਣਾ, ਅਤੇ ਆਪਣਾ ਆਰਾਮ ਨਾਲ ਇੰਜੋਏ ਕਰ ਰਹੇ ਨੇ। ਠੰਡ ਕਾਫੀ ਹੈ, ਹਵਾ ਵੀ ਵਿੱਚੋਂ ਵਿੱਚੋਂ ਆਉਂਦੀ ਹੈ, ਅਤੇ ਦੇਖਿਆ ਵੀ ਕਿੰਨੇ ਸੋਹਣੇ ਬਲਬ ਜੇ ਨੀਚੇ ਨੂੰ ਹੋ ਰਹੇ ਨੇ, ਬਹੁਤ ਹੀ ਇਹਨਾਂ ਦਾ ਨਾ ਬੜਾ ਕਮਾਲ ਦਾ ਹੀ ਇਹਨਾਂ ਦਾ ਇਹ ਸਾਰਾ ਇਹਨਾਂ ਨੇ ਲਾਈਟਾਂ। ਦੇਖੋ ਪਿੱਛੋਂ ਕਿੰਨੀਆਂ ਸੋਹਣੀਆਂ ਸੋਹਣੀਆਂ ਸ਼ੇਡ ਆ ਰਹੀਆਂ ਨੇ, ਰੰਗ ਬਿਰੰਗੀਆਂ ਆ ਰਹੀਆਂ ਨੇ, ਅੱਗੇ ਜਾ ਕੇ ਹੋਰ ਡਿਫਰੈਂਟ ਤਰੀਕੇ ਦੀਆਂ ਵੀ ਹੈਗੀਆਂ ਨੇ, ਅਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਅਤੇ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿਹਨੂੰ ਮੈਂ ਕੈਚ ਕਰਾਂ, ਕਿਹਨੂੰ ਮੈਂ ਨਾ ਕੈਚ ਕਰਾਂ। ਅਤੇ ਦੇਖੋ ਇਹ, ਦੇਖੋ ਇਹ ਪੂਰਾ ਇੱਥੇ ਵੀ ਹੈ, ਇਹ ਪੂਰਾ ਫੋਗ ਵਾਂਗੂ ਇਹਨਾਂ ਨੇ ਧੂੰਏ ਵਾਲੀ ਉਹ ਲਾਈਟਾਂ ਲਗਾ ਰਹੇ ਨੇ। ਅਤੇ ਜਿੰਨੇ ਵੀ ਇੱਥੇ ਟੂਰਿਸਟ ਆਏ ਨੇ ਜਾਂ ਦੇਖਣ ਆਏ ਨੇ, ਸਾਰੇ ਬਹੁਤ ਹੀ ਵਧੀਆ ਇੰਜੋਏ ਕਰ ਰਹੇ ਨੇ, ਅਤੇ ਮੇਰੇ ਬੱਚੇ ਵੀ ਇੰਜੋਏ ਕਰ ਰਹੇ ਨੇ, ਅਤੇ ਬੱਚੇ ਮੇਰਾ ਨਾਲ ਦੀ ਨਾਲ ਧਿਆਨ ਰੱਖ ਰਹੇ ਨੇ ਕਿ ਤੁਸੀਂ ਠੀਕ ਇੰਜੋਏ ਕਰ ਰਹੇ ਹੋ, ਵਧੀਆ ਲੱਗ ਰਿਹਾ ਨਾ ਤੁਹਾਨੂੰ। ਅਤੇ ਇਸ ਤਰੀਕੇ ਨਾਲ ਇੱਥੇ ਜਿਹੜੀ ਪਾਰਕ ਦੇ ਵਿੱਚ ਆਏ ਹਾਂ, ਇਹ ਤਕਰੀਬਨ $70 ਟਿਕਟ ਇਹਦੀ ਲੱਗੀ ਹੋਈ ਹੈ, ਟਿਕਟ ਲਾ ਕੇ, ਫ੍ਰੀ ਨਹੀਂ ਹੈਗੀ ਇਹਦੀ ਐਂਟਰੀ, ਟਿਕਟ ਲਾ ਕੇ। ਅਤੇ ਇਸ ਤਰੀਕੇ ਨਾਲ ਦੇਖੋ ਪਿੱਛੋਂ ਵੀ ਲਾਈਟਾਂ ਕਿੰਨੀਆਂ ਸੋਹਣੀਆਂ ਸੋਹਣੀਆਂ ਚਮਕ ਰਹੀਆਂ ਨੇ,
ਜਿਵੇਂ ਜਿਵੇਂ ਗਾਂਹ ਵਧਨੇ ਐਵੇਂ ਐਵੇਂ ਹੋਰ ਲਾਈਟਾਂ ਦੇ ਆਪਣੇ ਆਪਣੇ ਸ਼ੇਡ ਨੇ ਸਾਰੇ ਡਿਫਰੈਂਟ ਤਰੀਕੇ ਨਾਲ। ਮੈਂ ਵੀ ਇੱਥੇ ਫੋਟੋ ਖਿਚਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਤਾਂ ਦੇਖੋ ਕਿੰਨਾ ਸੋਹਣਾ ਖੂਬਸੂਰਤ ਅਤੇ ਉੱਪਰ ਆਸਮਾਨ ਕਿੰਨਾ ਸੋਹਣਾ ਲੱਗ ਰਿਹਾ, ਅਤੇ ਕਾਫੀ ਜ਼ਿਆਦਾ ਰਸ਼ ਹੈ ਇੱਥੇ, ਅਤੇ ਇਸ ਤਰੀਕੇ ਨਾਲ ਸਾਰੇ ਹੀ ਇੰਜੋਏ ਕਰ ਰਹੇ ਨੇ। ਦੇਖੋ ਮੇਰੀ ਪੂਰੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਮੈਂ ਵਿਖਾ ਸਕਾਂ ਸਾਰੇ ਇਫੈਕਟ। ਅਸੀਂ ਇੱਕ ਸਾਈਡ ਤੋਂ ਚੱਲੇ ਹਾਂ ਅਤੇ ਦੂਸਰੀ ਸਾਈਡ ਤੋਂ ਨਿਕਲ ਰਹੇ ਹਾਂ, ਹੁਣ ਬਾਹਰ ਹੌਲੀ ਹੌਲੀ ਆ ਰਹੇ ਹਾਂ। ਦੇਖੋ ਇੱਥੇ ਲਾਈਟਾਂ ਦਾ ਇਸ ਤਰੀਕੇ ਨਾਲ, ਇਹਨਾਂ ਨੇ ਕਿਤੇ ਵਿੱਚ ਹੀ ਪਾਣੀ ਆ ਰਿਹਾ, ਵਿੱਚ ਹੀ ਝਰਨੇ ਨੇ ਥੋੜ੍ਹੇ ਥੋੜ੍ਹੇ, ਤਾਂ ਉਹਨਾਂ ਦੇ ਵਿੱਚ ਵੀ ਲਾਈਟਾਂ ਦਾ ਕਿਵੇਂ ਕਿੰਨੀ ਵਧੀਆ ਤਰੀਕੇ ਨਾਲ ਇਹਨਾਂ ਨੇ ਡੈਕੋਰੇਸ਼ਨ ਕੀਤੀ ਹੋਈ ਹੈ। ਅਤੇ ਇਹਦੇ ਇਹ ਕਮਲ ਦੇ ਫੁੱਲਾਂ ਵਾਂਗੂ ਨਾ ਵਿੱਚ ਹੀ ਉਹਨਾਂ ਨੇ ਡੈਕੋਰੇਟ ਕਰਕੇ ਲਾਈਟਾਂ ਹੀ ਇਸ ਤਰੀਕੇ ਨਾਲ ਲਾਈਆਂ ਕਿ ਬਹੁਤ ਹੀ ਖੂਬਸੂਰਤ ਹੈ, ਅਤੇ ਪ੍ਰੋਪਰ ਲਾਈਟਾਂ ਇੱਥੇ ਆ ਰਹੀਆਂ ਨੇ। ਇਹ ਤਕਰੀਬਨ ਇਹ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ ਇਹ ਸਾਰੇ ਇੱਕੋ ਟਾਈਮ ਹੁੰਦਾ ਜਦੋਂ ਇਹ ਫੰਕਸ਼ਨ ਹੁੰਦਾ ਹੁੰਦਾ, ਅਤੇ ਪੂਰੀ ਲਾਈਟਿੰਗ ਹੈ, ਪੂਰਾ ਸਾਰੇ ਲੋਕ ਪੂਰਾ ਇੰਜੋਏ ਕਰ ਰਹੇ ਨੇ, ਅਲੱਗ ਅਲੱਗ ਲੋਕ ਫੋਟੋਆਂ ਖਿੱਚ ਰਹੇ ਨੇ। ਅਤੇ ਇਹ ਹੁਣ ਜਿਵੇਂ ਹੀ ਬਾਹਰ ਨਿਕਲੇ ਹਾਂ, ਥੋੜ੍ਹਾ ਪਾਣੀ ਦਾ ਉੱਥੇ ਆ, ਪਾਣੀ ਦਾ ਜਿੱਥੇ ਆ ਉੱਥੇ ਵੀ ਪੂਰੀਆਂ ਲਾਈਟਾਂ ਲੱਗੀਆਂ ਹੋਈਆਂ ਨੇ, ਅਤੇ ਇਹ ਪੂਰੇ ਪਾਰਕ ਦੇ ਵਿੱਚ ਲਾਈਟਾਂ ਇਹਨਾਂ ਨੇ ਵਿਛਾਈਆਂ ਹੋਈਆਂ ਨੇ ਇਸ ਤਰੀਕੇ ਨਾਲ, ਨਾਲ ਪਾਥਵੇ ਬਣ ਰਹੇ ਆ, ਉੱਥੋਂ ਲੋਕ ਆ ਰਹੇ ਨੇ ਜਾ ਰਹੇ ਨੇ। ਬਹੁਤ ਹੀ ਲਾਈਟਾਂ ਦੇ ਆਪਣੇ ਆਪਣੇ ਹੀ ਇਫੈਕਟ ਨੇ, ਜਿੰਨੇ ਵੀ ਪੂਰੀ ਲਾਈਟਾਂ ਦੀ ਕਲਾਕਾਰੀ ਆ ਅੱਜ ਇਹਨਾਂ ਨੇ ਇਸ ਪਾਰਕ ਦੇ ਵਿੱਚ ਆਪਣਾ ਦਿਖਾਈ ਹੈ। ਦੇਖੋ ਕਿੰਨਾ ਸੋਹਣਾ ਖੂਬਸੂਰਤ ਹੈ, ਅਤੇ ਕਿੰਨੇ ਲੋਕ ਆ ਜਾ ਰਹੇ ਨੇ, ਐਵੇਂ ਲਾਈਨ ਲਗਾ ਕੇ ਚੱਲ ਰਹੇ ਨੇ ਅਤੇ ਫੋਟੋਆਂ ਖਿਚਾ ਰਹੇ ਨੇ ਸਾਰੇ। ਮੈਂ ਵੀ ਇਹਦੇ ਵਿੱਚ ਫੋਟੋਆਂ ਖਿਚਾ ਰਹੀ ਹਾਂ, ਅਤੇ ਬਹੁਤ ਹੀ ਵਧੀਆ ਲੱਗ ਰਿਹਾ। ਅਤੇ ਰਾਤ ਦਾ ਟਾਈਮ ਹੈ, ਅਤੇ ਉਹ ਸਾਹਮਣੇ ਫਾਉਂਟਨ ਚੱਲ ਰਿਹਾ, ਲਾਈਟਾਂ ਇਸ ਤਰੀਕੇ ਨਾਲ ਇਫੈਕਟ ਪਾ ਰਹੀਆਂ ਨੇ, ਨਿੱਕਾ ਨਿੱਕਾ ਮਿਊਜ਼ਿਕ ਚੱਲ ਰਿਹਾ। ਅਤੇ ਲੋਕ ਦੇਖੋ ਇੱਥੇ ਕਿੰਨਾ ਜ਼ਿਆਦਾ ਰਸ਼ ਹੈ ਕਿ ਫੋਟੋ ਨਹੀਂ ਖਿਚਾਉਣ ਦਾ ਟਾਈਮ ਇੱਥੇ ਮਿਲਦਾ ਕਿਸੇ ਨੂੰ, ਇਕੱਲੇ ਜਾਣਿਆ ਤਾਂ ਇੰਨਾ ਜ਼ਿਆਦਾ ਫੋਟੋਆਂ ਦਾ। ਅਤੇ ਦੇਖਿਆ ਪੂਰਾ ਇਸ ਤਰੀਕੇ ਨਾਲ, ਅੱਜ ਮੈਂ ਉੱਪਰੋਂ ਉੱਪਰੋਂ ਦੀ ਤੁਹਾਨੂੰ ਲਾਈਟਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਕਿਉਂਕਿ ਕਈ ਲੋਕ ਇੱਥੇ ਮਾਇੰਡ ਕਰਦੇ ਨੇ ਕਿ ਸਾਡੀ ਵੀਡੀਓ ਦਾ ਵਲੋਗਿੰਗ ਨਾ ਬਣੇ, ਤਾਂ ਮੇਰੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਇਨਸਾਨ ਦੀ ਨਾ ਕਿ ਜਿਹੜੇ ਡੈਕੋਰੇਟ ਹੈ ਡੈਕੋਰੇਸ਼ਨ ਹੈ ਉਹਦੀ ਹੀ ਤੁਹਾਨੂੰ ਮੈਂ ਵੀਡੀਓ ਦਿਖਾ ਸਕਾਂ। ਦੇਖੋ ਕਿੰਨੀ ਸੋਹਣੀ ਲੱਗਦੀ ਹੈ, ਅਤੇ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰੇ, ਕਮੈਂਟ ਕਰਕੇ ਦੱਸਿਆ ਜੇ ਇਹ ਤੁਹਾਨੂੰ ਵਲੋਗ ਕਿੱਦਾਂ ਦਾ ਲੱਗਿਆ।